ਮੇਰਾ ਪਤੀ ਸੰਦੀਪ ਸਿੰਘ, ਉਹਦੇ ਪਹਿਲਾਂ 3 ਵਿਆਹ ਹੋਏ ਨੇ, 2 ਕੱਢ ਕੇ ਲੈ ਗਏ, 6ਵਾਂ ਮੇਰਾ ਤੇ 7ਵੀਂ ਇਹਦੀ ਘਰਵਾਲੀ ਲੈ ਗਈ। ਉਹ ਬੰਦਾ ਹੈਗਾ ਫਲੋੜ, ਉਹਨੇ ਨਾ ਜਨਾਨੀ ਕੋਈ ਰੱਖੀ, ਨਾ ਵਸਾਣੀ, ਨਾ ਪੱਕੀ ਰੱਖ ਸਕਦਾ। ਤਿੰਨ ਜਵਾਕਾਂ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਫਰਾਰ ਹੋ ਗਈ। ਦੱਸ ਦੇ ਕਿ ਪ੍ਰੇਮੀ ਵੀ ਸਿਰੇ ਦਾ ਠੱਗ ਹੈ। ਇਸ ਨੇ ਪਹਿਲਾਂ 3 ਵਿਆਹ ਕਰਵਾਏ ਹੋਏ ਨੇ, 2 ਨੂੰ ਲੈ ਕੇ ਫਰਾਰ ਹੋ ਗਿਆ ਸੀ, 6ਵੀਂ ਦੇ ਨਾਲ ਕੋਰਟ ਮੈਰਿਜ ਕਰਵਾਈ, ਹੁਣ 7ਵੀਂ ਨੂੰ ਵੀ ਲੈ ਕੇ ਫਰਾਰ ਹੋ ਗਿਆ। ਤਾਂ ਪੁਲਿਸ ਦੇ ਕੋਲ ਇਸ ਫਰਾਡ ਪ੍ਰੇਮੀ ਦੀ ਸ਼ਿਕਾਇਤ ਪਹੁੰਚ ਗਈ। ਮਾਮਲਾ ਜਲਾਲਾਬਾਦ ਦੀ ਲੜਾ ਬਸਤੀ ਤੋਂ ਸਾਹਮਣੇ ਆਇਆ। ਇੱਥੇ 3 ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਦੇ ਨਾਲ ਸੰਬੰਧ ਬਣਾਏ, ਭਰੋਸਾ ਇੰਨਾ ਕੀਤਾ ਕਿ ਉਸਦੇ ਨਾਲ ਹੀ ਫਰਾਰ ਹੋ ਗਈ। ਪੀੜਤ ਪ੍ਰਵਾਸੀ ਇੰਨੇ ਦਿਨੀ ਪੁਲਿਸ ਦੇ ਕੋਲ ਗੁਹਾਰ ਲਗਾ ਰਿਹਾ ਕਿ ਉਸਦੀ ਪਤਨੀ, ਜੋ ਕਿ 3 ਜਵਾਕਾਂ ਦੇ ਵਿੱਚੋਂ 2 ਨੂੰ ਆਪਣੇ ਨਾਲ ਲੈ ਗਈ, ਔਰ ਜਿਸ ਸ਼ਖਸ ਦੇ ਨਾਲ ਫਰਾਰ ਹੋਈ ਉਹ ਪਹਿਲਾਂ ਹੀ ਫਰਾਡ ਹੈ। ਉਸਦੇ 3 ਵਿਆਹ ਹੋਏ ਨੇ ਔਰ 2 ਨੂੰ ਭਜਾ ਕੇ ਲੈ ਗਿਆ ਸੀ, 6ਵੀਂ ਦੇ ਨਾਲ ਕੋਰਟ ਮੈਰਿਜ ਕਰਵਾਈ ਔਰ 7ਵੀਂ ਉਸਦੀ ਘਰਵਾਲੀ ਲੈ ਕੇ ਭੱਜ ਗਿਆ। ਨਾਲ ਹੀ ਉਸਦੇ 2 ਬੱਚੇ ਨੇ, ਜਿਨ੍ਹਾਂ ਨੂੰ ਲੈ ਕੇ ਉਸਦੀ ਪਤਨੀ ਫਰਾਰ ਹੋ ਗਈ। ਉਧਰ 3 ਬੱਚਿਆਂ ਦੀ ਮਾਂ ਨੂੰ ਭਜਾ ਕੇ ਲਿਜਾਣ ਵਾਲੇ ਦੀ ਘਰਵਾਲੀ ਨੇ ਦੱਸਿਆ ਕਿ ਉਸਦਾ ਘਰਵਾਲਾ ਨਿਹਾਇਤੀ ਗਿਰਿਆ ਹੋਇਆ ਇਨਸਾਨ ਹੈ। ਫਿਲਹਾਲ ਦੋਵਾਂ ਧਿਰਾਂ ਨੇ ਥਾਣਾ ਸਿਟੀ ਜਲਾਲਾਬਾਦ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਮੇਰਾ ਪਤੀ ਸੰਦੀਪ ਸਿੰਘ, ਉਹਦੇ ਪਹਿਲਾਂ 3 ਵਿਆਹ ਹੋਏ ਨੇ, 2 ਕੱਢ ਕੇ ਲੈ ਗਏ, 6ਵਾਂ ਮੇਰਾ ਤੇ 7ਵੀਂ ਇਹਦੀ ਘਰਵਾਲੀ ਲੈ ਗਈ। ਉਹ ਬੰਦਾ ਹੈਗਾ ਫਲੋੜ, ਉਹਨੇ ਨਾ ਜਨਾਨੀ ਕੋਈ ਰੱਖੀ, ਨਾ ਵਸਾਣੀ, ਨਾ ਪੱਕੀ ਰੱਖ ਸਕਦਾ। ਉਹਦਾ ਮਕਸਦ ਇਹੀ ਹੋ ਗਿਆ, ਸਾਲ ਰੱਖ ਲਈ, 6 ਮਹੀਨੇ ਰੱਖ ਲਈ, ਉਹਦੇ ਕੋਲ ਖਾ ਪੀ ਕੇ ਧੱਕਾ ਦੇ ਤਾ, ਬਸ ਮੇਰਾ ਹੁਣ ਮੇਰਾ ਮੁੰਡਾ ਵੀ ਹੋ ਗਿਆ, ਮੈਨੂੰ ਹੋਰ ਕੀ ਹੈਗੀ ਜੀ, ਮੇਰਾ ਮੁੰਡਾ ਵੀ ਹੋ ਗਿਆ, ਮੇਰੇ ਮੁੰਡੇ ਬਾਰੇ ਤਾਂ ਸੋਚ ਲੈਂਦਾ, ਨਾਲ ਖੁਦ ਦਾ ਗਏ ਜੀ, ਮੈਂ ਕੰਮ ਕਰਦੀ ਕਮਾਉਂਦਾ, ਬਸ ਕੋਈ ਯਾਰ ਬਸ ਦੇ ਦਿੱਤਾ, ਬਾਕੀ ਕਹਿ ਤਾਂ ਮੇਰੇ ਕੋਲ ਹੈ ਹੀ ਨਹੀਂ, ਲੱਗ ਜਾਂਦੇ ਨੇ ਮੋਟਰਸਾਈਕਲ ਸਹੀ ਕਰਵਾ ਲਿਆ, ਕਦੋਂ ਪਤਾ ਨਹੀਂ ਹੁਣ ਕਿੱਥੇ ਦਿੰਦਾ ਕਿੱਥੇ ਨਹੀਂ ਦਿੰਦਾ, ਪੂਰੀ ਉਹਨੇ ਕਦੀ ਪੈਸੇ ਦਿੱਤੇ ਹੀ ਨਹੀਂ ਕਰੇ, ਜਿੱਥੇ ਵੀ ਤੁਹਾਨੂੰ ਮਿਲ ਜਾਣ ਉਹਨੂੰ ਸਜ਼ਾ, ਸਖ਼ਤ ਸਖ਼ਤ ਕਾਰਵਾਈ, ਸਜ਼ਾ ਹੋਵੇ ਉਹਦੇ ਤੇ, ਜਿੰਨੇ ਵੀ ਉਹਨੇ ਅੱਗੇ ਰਿਸ਼ਤੇ ਬਰਬਾਦ ਕੀਤੇ, ਮੈਂ ਕਹਿੰਦੀ ਅੱਗੇ ਤੋਂ ਕਿਸੇ ਕੁੜੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ, ਸਖ਼ਤ ਸਖ਼ਤ ਕਾਰਵਾਈ ਹੋਣੀ ਚਾਹੀਦੀ, ਸਜ਼ਾ ਹੋਣੀ ਚਾਹੀਦੀ, ਇਨਸਾਫ਼ ਮਿਲਣਾ ਚਾਹੀਦਾ ਮੈਨੂੰ ਲੁਧਿਆਣੇ ਦਾ। ਹਾਂਜੀ, ਇੱਥੇ ਕਰ ਜੋ ਸੀ ਉਹਦੇ ਵੀ ਹੁਣ 3 ਸਾਲ, ਅਸੀਂ ਪਿੰਡ ਕਮਾਨੀ ਵਾਲਾ ਬਾਹਰ ਟਾਣੀ ਹੈਗੀ ਸਾਡੀ ਗੁੱਸੇ ਵਾਲੀ ਫੈਕਟਰੀ ਦੇ ਕੋਲ। ਮੈਂ ਜੀ 76 ਨੰਬਰ ਦੁਕਾਨ 'ਤੇ ਰਹਿੰਦਾ ਸੀ, ਉਸ ਤੋਂ ਬਾਅਦ 77 ਨੰਬਰ ਦੁਕਾਨ 'ਤੇ ਰਹਿੰਦਾ ਸੀ, ਅਤੇ 76 ਨੰਬਰ ਦੇ ਮੁੰਡੇ ਹੈਗੇ ਸੀ, ਉਹ ਵੀ ਬਿਹਾਰ ਦਾ ਹੈਗਾ ਸੀ ਜੀ, ਅਤੇ ਉਹਦੇ ਨਾਲ ਇਹ ਮੁੰਡਾ ਕੰਮ 'ਤੇ ਜਾਂਦਾ ਸੀ, ਇਹ ਮੁੰਡੇ ਆਉਂਦੇ ਸੀ ਤਾਂ ਅਸੀਂ ਕੁਛ ਨਹੀਂ ਕਵੀਦਾ ਹੁੰਦਾ, ਜਿਵੇਂ ਉਹ ਉਹਦੇ ਨਾਲ ਕੰਮ 'ਤੇ ਜਾਂਦਾ ਸੀ, ਸਾਡੇ ਵੋਟੀ ਨਾਲ ਕੋਈ ਗੱਲਬਾਤ ਹੁੰਦੀ ਹੋਵੇ ਜੀ, ਮੈਂ ਵੀ ਕੰਮ 'ਤੇ ਰਹਿੰਦਾ ਸੀ ਸਾਰਾ ਦਿਹਾੜੀ। ਉਸ ਤੋਂ ਬਾਅਦ ਜੀ 7 ਤਾਰੀਖ ਨੂੰ ਅਸੀਂ ਲਾਦੂਕਾ 'ਚ ਕੰਮ ਕਰਨ ਗਏ ਸੀ, ਉਸ ਤੋਂ ਬਾਅਦ ਜਦੋਂ ਅਸੀਂ ਆਏ ਤਾਂ ਉਹ ਮੁੰਡੇ ਨਾਲ ਮੇਰੀ ਬੋਟੀ ਫਰਾਰ ਹੈਗੀ ਸੀ। ਉਹ ਮੁੰਡਾ ਟੋਹਾਨੇ ਦਾ ਹੈਗਾ ਸੀ ਜੀ, ਉਹਦਾ ਘਰ ਲੁਧਿਆਣਾ ਹੈਗਾ, ਟੋਹਾਨੇ 'ਚ ਘਰ ਜਵਾਈ ਬਣਿਆ ਸੀ, ਅਤੇ ਉਹਦੀ ਬੋਟੀ ਵੀ ਦੱਸੀ ਜਾਂਦੀ ਕਿ ਸਾਡੇ ਨਾਲ ਪਹਿਲਾਂ ਤੋਂ 4 ਵਿਆਹ ਕੀਤਾ ਨੇ, ਅਤੇ 5ਵੇਂ ਮੇਰੀ ਨਾਲ ਕੋਰਟ ਮੈਰਿਜ ਹੋਈ ਹੈ, ਉਸ ਤੋਂ ਬਾਅਦ ਹੀ ਸਾਨੂੰ ਛੱਡ ਕੇ ਚਲੀ ਗਈ, ਸਾਡੇ ਘਰੇ ਰੌਲਾ ਪਾ ਕੇ ਮੁੰਡਾ ਨਿਕਲ ਗਿਆ। ਬੱਚੇ ਜੀ 3 ਹੈਗੇ ਨੇ, ਅਤੇ 2 ਮੁੰਡੇ, ਇੱਕ ਕੁੜੀ ਹੈਗੀ ਹੈ ਜੀ, ਨਾਲ 2 ਲੈ ਨੇ, ਇੱਕ ਮੁੰਡਾ ਕੁੜੀ ਅਤੇ ਇੱਕ ਮੁੰਡੇ ਸਾਡੇ ਕੋਲ ਹੈਗੇ ਜੀ। ਅਸੀਂ ਹੈਗੇ ਇੱਥੇ ਲੋਕਲ ਲੱਲਾ ਬਸਤੀ ਰਹਿ ਜੀਦਾ, ਹੁੰਦਾ ਮੰਡੀ 'ਚ ਹੀ ਹੈਗੇ ਸੀ ਨਾ, ਦਾਣਾ ਮੰਡੀ ਲੱਲਾ ਬਸਤੀ ਨਾਲ ਹੀ ਹੈਗੇ। ਪਿੱਛੋਂ ਅਸੀਂ ਹੈਗੇ ਆ ਲਖੀਸਰਾ ਜ਼ਿਲ੍ਹਾ, ਇਹ ਮੈਂ ਥਾਣੇ 'ਚ ਪਰਚਾ ਕਰਾਇਆ ਸੀ ਜੀ,
ਤੇ ਲੋਕੇਸ਼ਨ 'ਚ ਵੀ ਨੰਬਰ ਪਵਾਇਆ ਸੀ ਜੀ, ਅਤੇ ਲੋਕੇਸ਼ਨ 'ਚ ਫੋਨ ਹੀ ਨਹੀਂ ਔਨ ਹੁੰਦਾ ਪਿਆ, ਤਾਂ ਫਿਰ ਸਾਨੂੰ ਕਿਵੇਂ ਪਤਾ ਲੱਗੇ? ਪੁਲਿਸ ਵਾਲੇ ਕਹਿੰਦੇ ਸੀ ਇੱਕ ਵਾਰੀ ਟਰੈਕਟਰ 'ਚ ਨੰਬਰ ਆਇਆ ਸੀ, ਅਸੀਂ ਮਗਰੂ ਗਏ ਤਾਂ ਉਹਨਾਂ ਮੋਟਰਸਾਈਕਲ 'ਤੇ ਨਿੱਕੀ ਜਿਹੀ ਗਲੀ 'ਚ ਅੱਗੋਂ ਫਰਾਰ ਹੋ ਗਏ ਨੇ, ਅਤੇ ਸਾਨੂੰ ਜਾਣਾ ਸਮਰਥਨ ਨਹੀਂ ਹੋਇਆ ਸੀ ਉਹਨਾਂ ਦਾ ਨਾ, ਫਿਰ ਉਹ ਗਏ ਹੀ ਨਹੀਂ। ਮੰਗ ਹੈਗੀ ਕਿ ਜਿਵੇਂ ਸਾਡੇ ਜਵਾਕ ਤੋਂ ਚਾਹੀਦੇ ਨੇ ਬੋਟੀ, ਜਿਵੇਂ ਸਹੀ ਹੋਵੇ ਤਾਂ ਅਸੀਂ ਰੱਖਾਂਗੇ, ਨਹੀਂ ਤਾਂ ਅਸੀਂ ਬੋਟੀ ਨੂੰ ਜਵਾਬ ਦੇ ਦੇਵਾਂਗੇ। ਜਵਾਕ ਸਾਨੂੰ ਚਾਹੀਦੇ ਬਸ ਹੈਗੀ ਆ, ਫੋਟੋ ਹੈਗੀ ਹੈ ਅਤੇ ਬੁੜੀ ਦੀ ਵੀ ਤਾਂ ਮੁੰਡੇ ਦੀ ਵੀ ਹੈਗੀ, ਉਹਨਾਂ ਦੇ ਬੋਟੀ ਦੀ ਵੀ ਸਾਨੂੰ ਫੋਟੋ ਹੈਗੀ ਹੈ। ਉਹ ਨਾ ਜਿਹਦੇ ਸਾਨੂੰ ਜਿਹਦੇ ਕੋਲ ਅਸੀਂ ਪਰਚਾ ਕਰਾਇਆ ਸੀ ਉਹ ਕੋਰਟ 'ਚ ਗਏ ਨੇ, ਜੇ ਆ ਜਾਂਦੇ ਤਾਂ ਫਿਰ ਟੇਟਸ ਚੈੱਕ ਕਰਦੇ ਨੇ, ਸਾਨੂੰ ਦੱਸਣਗੇ। ਇਹਦੇ ਘਰ ਦੀ ਭੱਜੀ ਹੈ, ਇਹਦੇ ਘਰ ਦੀ ਭੱਜੀ ਹੈ, ਤਾਂ ਮੈਂ ਤਾਂ ਇਹੀ ਕਹੂੰਗਾ ਹੁਣ ਤਾਂ ਇਹ ਮਤਲਬ ਜਵਾਕ ਨਾ ਹੁੰਦਾ ਤਾਂ ਮਤਲਬ ਇਹ ਚਲਾ ਜਾਣਾ ਸੀ, ਪਰ ਇਹਦਾ ਜਵਾਕ ਸਭ ਤੋਂ ਵੱਡਾ ਤਾਂ ਇਹ ਫਿਕਰ ਉਹ ਮੁੰਡਾ ਚਿੱਟਾ ਲਾਉਂਦਾ, ਚਿੱਟਾ ਕਰਕੇ ਪਤਾ ਨਹੀਂ ਕੀ ਵੀ ਕੁਝ ਕਰ ਸਕਦਾ, ਵੇਚ ਸਕਦਾ, ਕੁਝ ਵੀ ਕਰ ਸਕਦਾ। ਮੈਂ ਮੁਲਾਜ਼ਮ ਸਾਹਿਬ ਨੂੰ ਕਿਹਾ ਸਵੇਰੇ, ਮੈਂ ਕਿਹਾ ਤੁਸੀਂ ਲੱਭ ਦਿਓ, ਅਤੇ ਉਹ ਕਹਿੰਦੇ ਨੇ ਅਸੀਂ ਲੱਭਦੇ ਪਏ ਹਾਂ, ਹੋਰ ਬਸ ਇਹੀ ਕੁਝ ਕਹਿੰਦੇ ਪਏ ਜੀ, ਲੱਭ ਦੇਣਾ ਜਲਦ ਤੋਂ ਜਲਦ। ਉਹ ਜਦੋਂ ਇਸ ਤਰ੍ਹਾਂ ਅਸੀਂ ਤਾਂ ਕੰਮ 'ਤੇ ਜਾਂਦੇ, ਸਾਨੂੰ ਪਤਾ ਹੀ ਨਹੀਂ ਨਾ, ਅਸੀਂ ਤਾਂ ਕੰਮ 'ਤੇ ਆਉਂਦੇ ਸਾਰਾ ਦਿਹਾੜੀ।